ਪੰਜਾਬ ਦੇ ਵਿਧਾਨ ਸਭਾ ਦੀ ਚੋਣਾਂ 4 ਫਰਵਰੀ ਨੂੰ ਹੋਣ ਜਾ ਰਹੀਆਂ ਨੇ ਇਲੈਕਸ਼ਨ ਕਮਿਸ਼ਨ ਨੇ ਇਸ ਚੋਣ ਲਈ ਕਾਫੀ ਅੰਛੇ ਇੰਤਜ਼ਾਮ ਕੀਤੇ ਨੇ ਇਸ ਕੰਮ ਨੂੰ ਨੇਪਰੇ ਚਾੜਨ ਲਈ ਲੱਖਾਂ ਲੋਕੀ ਆਪਣੀ ਮਿਹਨਤ ਕਰਨ ਵਿੱਚ ਇਸ ਠੰਡ ਦੇ ਮੌਸਮ ਵਿੱਚ ਲੱਗੇ ਹੋਏ ਨੇ ਲੇਕਿਨ ਮੈਂ ਪੰਜਾਬ ਦਾ ਮੁੱਖ ਚੋਣ ਅਧਿਕਾਰੀ ਤੁਹਾਨੂੰ ਇੱਕ ਚੀਜ਼ ਲਈ ਬੇਨਤੀ ਕਰਨ ਲਈ ਅੱਜ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਿ ਇੱਕ ਤੋਂ ਬੱਤੋ ਬੱਤ ਸੰਖਿਆ ਵਿੱਚ ਤੁਸੀਂ ਜਾ ਕੇ ਆਪਣੇ ਵੋਟ ਦਾ ਜਿਹੜਾ ਅਧਿਕਾਰ ਹੈ ਉਹਦਾ ਪ੍ਰਯੋਗ ਕਰਨਾ ਹੈ ਕਿਉਂਕਿ ਇਹ ਇੱਕ ਸਿਰਫ ਸਾਡਾ ਅਧਿਕਾਰ ਹੀ ਨਹੀਂ ਇੱਕ ਕਰਤੱਬੇ ਵੀ ਹੈ ਤੇ ਜਿਹੜੇ ਚੋਣਾ ਹੈ ਇੱਕ ਵਧੀਆ ਪ੍ਰਜਾਤੰਤਰ ਦਾ ਨੀਂਹ ਪੱਥਰ ਹੁੰਦਾ ਹੈ ਜੇਕਰ ਆਪਾਂ ਮਜ਼ਬੂਤ ਰਾਸ਼ਟਰ ਬਣਾਉਣਾ ਚਾਹੁੰਦੇ ਨੇ ਚਾਹੁੰਦੇ ਹੈ ਫਿਰ ਸਾਡਾ ਜਿਹੜਾ ਚੋਣਾ ਹੈ ਉਹ ਵੀ ਬਸ ਫਰਸਟ ਕਲਾਸ ਹੋਣਾ ਚਾਹੀਦਾ ਹੈ ਸੋ ਤੁਸੀਂ ਆਪਣੇ ਅਧਿਕਾਰ ਦਾ ਪ੍ਰਯੋਗ ਜ਼ਰੂਰ ਕਰੋ ਇਸ ਤੋਂ ਇਲਾਵਾ ਕੁਝ ਲੋਕੀ ਕੋਈ ਗਲਤ ਭ੍ਰਾਂਤियां ਗਲਤ ਗੱਲਾਂ ਦਾ ਪ੍ਰਚਾਰ ਕਈ ਵਾਰ ਕਰਦੇ ਹੈ ਜਿਸ ਦਾ ਜਵਾਬ ਦੇਣਾ ਤੇ ਵਿੱਚ ਕਲੀਅਰिफिकेशन ਦੇਣਾ ਬਹੁਤ ਲੋਨਿੰਦਾ ਹੈ ਸਭ ਤੋਂ ਪਹਿਲਾ ਇੱਕ ਇਹ ਹੈ ਕਿ ਜਿਹੜਾ VOTING ਮਸ਼ੀਨ ਹੈ ਉਹ ਸੇਫ ਨਹੀਂ ਹੈ ਇਹ ਬਹੁਤ ਹੀ ਗਲਤ ਹੈ ਕਿਉਂਕਿ ਜਿਸ ਤਰੀਕੇ ਦਾ ਨਾਲ VOTING ਮਸ਼ੀਨ ਨੂੰ ਬਣਾਇਆ ਗਿਆ ਹੈ ਤੇ ਜਿਸ ਤਰੀਕੇ ਨਾਲ ਇਹਦਾ ਕੰਮ ਹੁੰਦਾ ਹੈ ਰੱਖਿਆ ਜਾਂਦਾ ਹੈ ਤੇ ਜਿਹੜੀ ਇਹਦੀ ਸੁਰੱਖਿਆ ਮਾਨੇ ਨiyet ਕੀਤੇ ਗਏ ਹਨ اور ਜਿਸ ਤਰੀਕੇ ਨਾਲ ਇਸ ਦੇ ਹਰ ਆਪਰੇਸ਼ਨ ਚ ਅਸੀਂ ਸਾਰੇ ਕੈਂਡੀਡੇਟ ਜਾਂ ਪੋਲਿਟিক্যাল ਪਾਰਟੀਆਂ ਦੇ ਰਿਪਰੈਜ਼ੈਂਟੇਟਿਵ ਹੈ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਉਸ ਪ੍ਰੋਟੋਕਾਲ ਦੇ ਆਧਾਰ ਤੇ ਇਹ ਪੂਰਾ ਫੂਲ ਪ੍ਰੂਫ ਸਿਸਟਮ ਹੈ ਤੇ ਇਸ ਤਰ੍ਹਾਂ ਦਾ ਕਿਸੇ ਨੂੰ ਕੋਈ ਕਰਨ ਦਾ ਇਸ ਵਿੱਚ ਕੋਈ ਚਾਂਸ ਨਹੀਂ ਹੈ ਤੇ ਪੋਸੀਬਲ ਨਹੀਂ ਹੈ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗਾ ਜੇ ਤੁਸੀਂ ਇਸ ਗੱਲ ਤੇ ਇੱਕਦਮ ਧਿਆਨ ਨਾ ਦਿਓ ਤੇ ਅਸੀਂ ਕਮਿਸ਼ਨ ਤੁਹਾਡੇ ਲਈ ਇੱਕਦਮ 100% ਫੂਲ ਪ੍ਰੂਫ ਸਿਸਟਮ ਤਿਆਰ ਕਰਨ ਲਈ ਪੂਰਾ ਬਚਨ ਬਦ ਇੱਕ ਦੂਜੀ ਗੱਲ ਵੀ ਮੈਂ ਕਹਿਣਾ ਚਾਹਾਂਗਾ ਕਿ ਕਈ ਵਾਰੀ ਇਹ ਹੁਣ ਕਿਹਾ ਜਾਂਦਾ ਹੈ ਕਿ ਜਦੋਂ VOTING MACHINE ਹੈ ਉਸ ਵਿੱਚ ਬਖ ਬਖ ਕੈਂਡੀਡੇਟ ਦੀ ਜਿਹੜੀ ਆਵਾਜ਼ ਆਂਦੀ ਹੈ ਬੀਪ ਦੀ ਉਹ ਅਲੱਗ-ਅਲੱਗ ਹੁੰਦੀ ਹੈ ਇਸ ਕਰਕੇ ਜਿਹੜਾ ਵੋਟ ਦੀ ਸੀਕਰੇਸੀ ਹੈ ਉਹ ਲੀਕ ਹੁੰਦਾ ਹੈ ਤੇ ਲੋਕਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਿਹਨੂੰ ਵੋਟ ਪਾਓਗੇ ਇਹ ਬਾਹਰ ਵਾਲੇ ਨੂੰ ਪਤਾ ਲੱਗ ਜਾਏਗਾ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਮੈਂ ਇਹ ਕਹਿਣਾ ਚਾਹਾਂਗਾ ਕਿ ਇਹ ਇਹ ਵੀ ਟੋਟਲੀ ਗਲਤ ਗੱਲ ਹੈ ਜਿਹੜੀ ਆਵਾਜ਼ ਹੈ ਬੀਪ ਹੈ ਇਹ ਸਾਰੇ ਕੈਂਡੀਡੇਟ ਦਾ ਇਕੋ ਹੀ ਜਾ ਹੈ ਤੇ ਅਗਰ ਤੁਸੀਂ ਆਪਣੇ VOTING CHAMBER ਵਿੱਚ ਜਿਸ ਦਾ ਆਕਾਰ ਵੀ ਹੁਣ ਇਸ ਵਾਰ ਕਾਫੀ ਚੰਗਾ ਕਰ ਦਿੱਤਾ ਗਿਆ ਹੈ ਤੁਸੀਂ ਜਿਹੜਾ ਵੋਟ ਪਾਓਗੇ ਨਾ ਕਿਸ ਨੂੰ ਵਿਖੇਗਾ ਤੇ ਤੁਸੀਂ ਕਿੰਨੂੰ ਪਾਓਗੇ ਇਸ ਦੇ ਆਵਾਜ਼ ਨਾਲ ਵੀ ਕਿਸੇ ਨੂੰ ਬਾਹਰ ਕਿਤੇ ਨਹੀਂ ਲੱਗੇ ਪਤਾ ਲੱਗੇਗਾ ਕਿ ਤੁਸੀਂ ਵੋਟ ਕਿੰਨੂੰ ਪਾਈ ਹੈ ਤੇ ਤੀਜੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਜਿਹੜਾ VVPAT ਇੱਕ ਨਵਾਂ ਮਸ਼ੀਨ ਕੁਝ ਅਸੈਂਬਲੀ ਹਲਕੇ ਚ ਹੁਣ ਇਦਕੀ ਵਰਤਿਆ ਜਾ ਰਿਹਾ ਹੈ ਉਸ ਵਿੱਚ ਇੱਕ ਪਰਚੀ ਤੇ ਪ੍ਰਿੰਟ ਹੋਣਾ ਹੈ ਜਿਹੜਾ ਜਿਹਨੂੰ ਵੋਟ ਤੁਸੀਂ ਪਾਓਗੇ ਉਹਦੀ ਪਰਚੀ ਪ੍ਰਿੰਟ ਹੋਏਗੀ ਲੇਕਿਨ ਉਹ ਨਾ ਪਰਚੀ ਤੁਸੀਂ ਲੈ ਕੇ ਜਾ ਸਕਦੇ ਹੋ ਬਾਹਰ ਨਾ ਉਹਦੀ ਕੋਈ ਫੋਟੋ ਲੈ ਸਕਦੇ ਹੋ ਕਿਉਂਕਿ ਕੋਈ ਕੈਮਰਾ ਤੇ ਮੋਬਾਈਲ ਅੰਦਰ ਜਾਣਾ ਅਲਾਉਡ ਨਹੀਂ ਹੈ ਤੋ ਜਿਹੜਾ ਪਰਚੀ ਹੈ ਉਹ ਤੁਹਾਨੂੰ ਸਿਰਫ 7 ਸੈਕਿੰਡਾਂ ਲਈ ਵਿਖੇਗਾ ਔਰ ਉਸ ਸੋ ਦੈਟ ਤੁਹਾਨੂੰ ਹੋਰ ਭਰੋਸਾ ਹੋ ਜਾਵੇ ਕਿ ਵੀ ਤੁਸੀਂ ਜਿਹਨੂੰ ਵੋਟ ਪਾਇਆ ਉਹ ਤੁਸੀ ਨੂੰ ਗਈ ਹੈ ਉਸ ਤੋਂ ਬਾਅਦ ਉਹ ਇੱਕ ਥੱਲੇ ਮਸ਼ੀਨ ਦੇ ਥੱਲੇ ਇੱਕ ਚੈਂਬਰ ਹੁੰਦਾ ਉੱਥੇ ਸਟੋਰ ਹੋ ਜਾਂਦਾ ਹੈ ਤੋ ਕਿਸੇ ਨੂੰ ਨਹੀਂ ਵਿਖ ਸਕਦਾ ਤੇ ਇਹਦੀ ਕੋਈ ਨਹੀਂ ਪਤਾ ਲੱਗੇਗਾ ਕਿ ਜੋ ਕਿਸ ਵੋਟ ਕਿਨੇ ਪਾਈ ਹੈ ਕਿਉਂਕਿ ਇਹ ਥੱਲੇ ਜਾ ਕੇ ਸਾਰੇ ਪਰਚੀਆਂ ਮਿਕਸ ਹੋ ਜਾਂਦੀਆਂ ਨੇ। ਤੋ ਇਹ ਇਸ ਤਰ੍ਹਾਂ ਦੇ ਜਿਹੜੇ অপਵਾਹਨ ਉਹ ਲੋਕੀ ਕਈ ਵਾਰ ਗਲਤ ਅਨਸਰ ਫੈਲਾਉਂਦੇ ਨੇ ਤੁਸੀਂ ਨਾ ਚੀਜ਼ਾਂ ਤੇ ਭਰੋਸਾ ਨਾ ਕਰੋ ਲੇਕਿਨ ਅਗਰ ਤੁਹਾਨੂੰ ਕਦੇ ਵੀ ਲੱਗਦਾ ਹੈ ਕੋਈ ਇਹੋ ਜੀ ਗੱਲ ਹੈ ਤੋ ਕਮਿਸ਼ਨ ਦੇ ਵੈਬਸਾਈਟ ਤੇ ਕਮਿਸ਼ਨ ਦੇ ਟੋਲ ਫਰੀ ਨੰਬਰ ਹੈ 1950 ਤੇ ਕਮਿਸ਼ਨ ਦੇ ਈਮੇਲ ਤੇ ਕبھی ਵੀ ਤੁਸੀਂ ਲਿਖ ਕੇ ਭੇਜ ਸਕਦੇ ਹੋ ਅਸੀਂ ਤੁਹਾਡੀ ਜਿਹੜੀ ਕੋਈ ਵੀ ਸ਼ੰਕਾ ਹੈ ਉਹਨੂੰ ਦੂਰ ਕਰਨ ਚ ਪੂਰਾ ਯਤਨ ਕਰਨਗੇ ਤਾਂ ਮੈਂ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਸਾਰੇ ਵੋਟਰ ਨੂੰ ਜਿਹੜੇ ਪੰਜਾਬ ਦੇ ਹਨ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣੇ ਅਧਿਕਾਰ ਦਾ ਪ੍ਰਯੋਗ ਜ਼ਰੂਰ ਕਰੋ ਤੇ ਲੋਕਾਂ ਦੀ ਜਿਹੜੀ ਗਲਤ افਵਾਹ ਹਨ ਉਹਨਾਂ ਤੇ ਧਿਆਨ ਨਾ ਦਿਓ ਕਿਉਂਕਿ ਕਮਿ ਜਿਹੜਾ ਚੋਣ ਕਮਿਸ਼ਨ ਹੈ ਭਾਰਤ ਦਾ ਚੋਣ ਕਮਿਸ਼ਨ एकदम ਪਰਫੈਕਟ ਫ੍ਰੀ ਫੇਅਰ ਐਂਡ ਪੀਸਫੁਲ ਇਲੈਕਸ਼ਨ ਲਈ ਵਚਨਬੱਧ ਹੈ ਔਰ ਇਹ ਜਿਹੜਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਪੂਰੀ ਦੁਨੀਆ ਵਿੱਚ ਆਪਣੇ ਕੰਮ ਦੇ ਸਟੈਂਡਰਡ ਲਈ ਜਾਣਿਆ ਜਾਂਦਾ ਹੈ ਤੇ ਸਾਰੀ ਦੁਨੀਆ ਇਸ ਚੀਜ਼ ਨੂੰ ਸਵੀਕਾਰਦੀ ਹੈ ਤਾਂ ਆਪਾਂ ਇਸ ਚੀਜ਼ ਤੇ ਜ਼ਰੂਰ ਧਿਆਨ ਰੱਖੀਏ ਧੰਨਵਾਦ ਜੈ ਹਿੰਦ